ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਰਾਹ ਰਸਤੇ। ਉੱਚੀਆਂ ਕਦਰਾਂ ਕੀਮਤਾਂ। ਦਿਲ ਦੀ ਦੁਨੀਆ 'ਚ ਖੋਟੇ ਸਿੱਕੇ ਨਹੀਂ ਚੱਲਦੇ। ਕੋਈ ਵੀ ਹੀਰਾ ਤਰਾਸ਼ੇ ਬਿਨਾਂ ਕਿਸੇ ਤਾਜ ਦਾ ਸ਼ਿੰਗਾਰ ਨਹੀਂ ਬਣਦਾ। ਟੁੱਟੀ ਹੋਈ ਨਿੱਬ ਅਤੇ ਫਟੇ ਹੋਏ ਕਾਗਜ਼ ਨਾਲ ਸੋਹਣੀ ਲਿਖਾਈ ਲਿਖਣ ਦਾ ਸ਼ੌਂਕ ਨਹੀਂ ਪਾਲਿਆ ਜਾ ਸਕਦਾ। ਜਦੋਂ ਕਿਸੇ ਨੂੰ ਹਰਾਉਣਾ ਹੀ ਸ਼ੌਂਕ ਬਣ ਜਾਵੇ ਤਾਂ ਕਿਸੇ ਵੀ ਖੇਤਰ 'ਚ ਆਪ ਜਿੱਤਣਾ ਵੀ ਸੰਭਵ ਨਹੀਂ ਹੁੰਦਾ। ਜਿੱਤ ਜਾਂ ਸਫਲਤਾ ਨਾ ਪੱਖੀ ਵਿਚਾਰਾਂ ਨਾਲ ਨਹੀਂ ਮਿਲਦੀ, ਕਿਉਂਕਿ ਜੇ ਪਿਆਸ ਮੈਲੀ ਹੈ ਤਾਂ ਸੁੱਚੇ ਪਾਣੀ ਵੀ ਜੁੱਠੇ ਹੋ ਜਾਂਦੇ ਹਨ। ਜਿੱਥੇ ਸਾੜਾ ਹੈ ਉੱਥੇ ਕ੍ਰੋਧ ਵੀ ਹੋਵੇਗਾ, ਅਤੇ ਜਿੱਥੇ ਇਹ ਦੋਵੇਂ ਹਨ ਉੱਥੇ ਕਿਸੇ ਚੰਗੀ ਗੱਲ ਦੀ ਸੰਭਾਵਨਾ ਨਹੀਂ ਹੁੰਦੀ। ਭੈੜੇ ਵਿਚਾਰਾਂ ਅਤੇ ਇਹਨਾਂ 'ਚੋਂ ਉਪਜਣ ਵਾਲੀ ਨਿਰਾਸ਼ਤਾ ਦੀਆਂ ਵਲਗਣਾਂ 'ਚੋਂ ਉਪਜਣ ਵਾਲੀਆਂ ਸੋੜੀਆਂ ਸੋਚਾਂ ਜ਼ਿੰਦਗੀ ਦੀਆਂ ਮੁਸੀਬਤਾਂ ਬਣ ਜਾਂਦੀਆਂ ਹਨ। ਉੱਚਾ ਸੁੱਚਾ ਅਤੇ ਸੁਖਾਵਾਂ ਜੀਵਨ ਮੰਗ ਕਰਦਾ ਹੈ ਕਿ ਮਨੁੱਖ ਦੀਆਂ ਕਦਰਾਂ ਕੀਮਤਾਂ ਉੱਚੀਆਂ ਸੁੱਚੀਆਂ ਅਤੇ ਸੁਹਿਰਦ ਹੋਣ। ਅਜੋਕੇ ਸਮਾਜ 'ਚ ਆਪਣੀ ਸੋਚ ਨੂੰ ਵਿਸ਼ਵ ਵਿਆਪੀ ਬਣਾਏ ਬਿਨਾਂ ਡੂੰਘੀ ਤਸੱਲੀ ਅਤੇ ਸੰਤੁਸ਼ਟ ਸ਼ਖਸੀਅਤ ਦੀ ਉਸਾਰੀ ਸੰਭਵ ਨਹੀਂ ਹੈ। ਆਪਣੀਆਂ ਖਾਹਿਸ਼ਾਂ ਘਟਾਏ ਬਿਨਾਂ ਕੋਈ ਜੱਦੋਜਹਿਦ ਸੰਭਵ ਨਹੀਂ ਹੁੰਦੀ। ਸਾਦਗੀ ਬਿਨਾਂ ਕੋਈ ਪ੍ਰਭਾਵਸ਼ਾਲੀ ਸ਼ਖਸੀਅਤ ਨਹੀਂ ਉਪਜਦੀ। ਸ਼ਖਸੀਅਤ ਦਾ ਰੁਕਿਆ ਹੋਇਆ ਵਿਕਾਸ ਕਦਰਾਂ ਕੀਮਤਾਂ ਦੀ ਅਣਹੋਣ ਦਾ ਸੂਚਕ ਹੁੰਦਾ ਹੈ। ਉਸਾਰੂ ਕਦਰਾਂ ਕੀਮਤਾਂ ਬਿਨਾਂ ਨਾ ਸਾਡੀਆਂ ਖਾਹਿਸ਼ਾਂ ਕੋਮਲ ਹੁੰਦੀਆਂ ਹਨ, ਨਾ ਹੀ ਸਾਡੇ ਖਿਆਲ ਨਿਖਰਦੇ ਹਨ। ਕਿਉਂਕਿ ਜਿਸ ਨੇ ਸੰਸਾਰ ਅਤੇ ਸੰਸਾਰ ਦੇ ਜੀਵਾਂ ਨੂੰ ਪਿਆਰ ਨਾਲ ਨਹੀਂ ਸਿੱਖਿਆ, ਉਹ ਰੂਹਾਨੀ ਕਦਰਾਂ ਕੀਮਤਾਂ ਦੀ ਕਦਰ ਵੀ ਨਹੀਂ ਕਰ ਸਕਦਾ। ਮਨੁੱਖੀ ਮਨ ਇੱਕ ਬੰਸਰੀ ਵਾਂਗ ਹੈ, ਜਿਸ 'ਚ ਜਿਹੋ ਜਿਹੀ ਫੂਕ ਮਾਰੀ ਜਾਂਦੀ ਹੈ ਉਸ 'ਚ ਉਹੋ ਜਿਹਾ ਸੰਗੀਤ ਉਪਜਦਾ ਹੈ। ਨਫ਼ਰਤ ਨਾਲ ਨਫ਼ਰਤ ਅਤੇ ਪਿਆਰ ਨਾਲ ਪਿਆਰ ਮਿਲਦਾ ਹੈ। ਜ਼ਿੰਦਗੀ ਦੀ ਸਭ ਤੋਂ ਵੱਡੀ ਅਸੀਸ ਪ੍ਰੇਮ ਦੀ ਅਵਸਥਾ 'ਚ ਹੋਣਾ ਹੈ। ਪ੍ਰੇਮ 'ਚ ਹੋਣ ਵਾਸਤੇ ਆਪਣੀ ਸ਼ਖਸੀਅਤ 'ਚੋਂ ਉੱਠ ਰਹੇ ਧੂੰਏ ਦੀ ਥਾਂ ਲੱਟ ਲੱਟ ਬਲਣਾ ਪਵੇਗਾ। ਲੱਟ ਲੱਟ ਬਲਣ ਵਾਸਤੇ ਕੁਰਬਾਨੀ ਕਰਨੀ ਪਵੇਗੀ। ਕੋਈ ਵੀ ਪ੍ਰਾਪਤੀ ਕੁਰਬਾਨੀ ਤੋਂ ਬਿਨਾਂ ਸਤਿਕਾਰਯੋਗ ਨਹੀਂ ਬਣਦੀ। ਕਿਸੇ ਨੂੰ ਦਿੱਤਾ ਗਿਆ ਕੁਝ ਜੇ ਆਪਣੀ ਨੇਕ ਕਮਾਈ 'ਚੋਂ ਨਾ ਦਿੱਤਾ ਗਿਆ ਹੋਵੇ, ਉਹ ਨਾ ਕੋਈ ਤਸੱਲੀ ਦਿੰਦਾ ਹੈ, ਨਾ ਹੀ ਕਿਸੇ ਵਿਕਾਸ ਦਾ ਆਧਾਰ ਬਣਦਾ ਹੈ। ਜੀਵਨ ਨੂੰ ਚੰਗੇਰਾ ਅਤੇ ਸੋਹਣੇਰਾ ਬਣਾਉਣ ਦਾ ਸੁਪਨਾ ਹੁੰਦਾ ਹੈ। ਉਸਾਰੂ ਕਦਰਾਂ ਕੀਮਤਾਂ ਹੀ ਮਨ ਦਾ ਸਵਰਗ ਉਸਾਰਦੀਆਂ ਹਨ। ਇਹ ਸਵਰਗ ਸ਼ਾਂਤੀ ਅਤੇ ਸੰਤੁਸ਼ਟਤਾ ਦਾ ਉਹ ਵਾਤਾਵਰਨ ਅਤੇ ਅਨੁਭਵ ਸਿਰਜਦਾ ਹੈ, ਜਿਸ ਲਈ ਮਨੁੱਖ ਦਾ ਅੰਦਰਲਾ ਤਾਂਘਦਾ ਰਹਿੰਦਾ ਹੈ। ਇਹ ਸਦੀਵੀ ਅਤੇ ਰੂਹਾਨੀ ਹੁਸਨ ਦੀ ਅਵਸਥਾ ਹੁੰਦੀ ਹੈ। ਕਦਰਾਂ ਕੀਮਤਾਂ ਦੇ ਉੱਚੇ ਨੀਵੇਂ ਹੋਣ ਦੇ ਅਨੁਸਾਰ ਹੀ ਅਸੀਂ ਸੁਖੀ ਦੁਖੀ ਸੰਤੁਸ਼ਟ ਅਤੇ ਅਸੰਤੁਸ਼ਟ ਹੁੰਦੇ ਰਹਿੰਦੇ ਹਾਂ। ਉਸਾਰੂ ਕਦਰਾਂ ਕੀਮਤਾਂ ਦੇ ਨਾ ਹੋਣ ਕਾਰਨ ਹੀ ਸਾਡੇ ਆਲੇ ਦੁਆਲੇ ਬੇਮੁਹਾਰ ਅਤੇ ਕਸੂਤੇ ਪੁਰਸ਼ਾਂ ਇਸਤਰੀਆਂ ਦੀ ਗਿਣਤੀ ਵੱਧ ਰਹੀ ਹੈ। ਸਾਡੇ ਸਮਾਜ 'ਚ ਭਾਵੁਕ ਗਰੀਬੀ ਪਸਰ ਰਹੀ ਹੈ। ਖਿਆਲ ਮੋਟੇ ਅਤੇ ਬੇਲਚਕ ਹੁੰਦੇ ਜਾ ਰਹੇ ਹਨ। ਰਹਿਣੀ ਬਹਿਣੀ ਮਹਿੰਗੀ ਅਤੇ ਕੋਝੀ ਹੁੰਦੀ ਜਾ ਰਹੀ ਹੈ। ਸ਼ਖਸੀਅਤਾਂ ਸੱਖਣੀਆਂ ਅਤੇ ਆਲਾ ਦੁਆਲਾ ਸ਼ਰਮਸ਼ਾਰ ਕਰਨ ਵਾਲਾ ਬਣਦਾ ਜਾ ਰਿਹਾ ਹੈ। ਗਿੱਲੇ ਗੋਹੇ ਭਾਂਬੜ ਬਣਨ ਦਾ ਨਿਸਫਲ ਯਤਨ ਕਰ ਰਹੇ ਹਨ। ਸਮੁੱਚੀ ਸਥਿਤੀ ਅਤਿਅੰਤ ਨਿਰਾਸ਼ਾਜਨਕ ਹੁੰਦੀ ਜਾ ਰਹੀ ਹੈ। ਉੱਚੀਆਂ ਕਦਰਾਂ ਕੀਮਤਾਂ ਉਸਾਰੂ ਆਦਰਸ਼ ਉਸਾਰਦੀਆਂ ਹਨ, ਜਦੋਂ ਕਿ ਕਦਰਾਂ ਕੀਮਤਾਂ ਦੀ ਅਣਹੋਂਦ 'ਚੋਂ ਕੇਵਲ ਖਾਹਿਸ਼ਾਂ ਉਪਜਦੀਆਂ ਹਨ। ਆਦਰਸ਼ ਮਨੁੱਖ ਨੂੰ ਉੱਚਾ ਚੁੱਕਦਾ, ਸਾਧਦਾ, ਤੋਰਦਾ, ਸਿਖਾਉਂਦਾ, ਤਰਾਸ਼ਦਾ ਅਤੇ ਲਿਸ਼ਕਾਉਂਦਾ ਚਲਾ ਜਾਂਦਾ ਹੈ। ਪਰ ਨਿਰੀਆਂ ਖਾਹਿਸ਼ਾਂ ਕੇਵਲ ਅਸੰਤੁਸ਼ਟਤਾ ਨੂੰ ਜਨਮ ਦਿੰਦੀਆਂ ਹਨ ਅਤੇ ਸਾਥੀਆਂ 'ਚ ਈਰਖਾ ਪੈਦਾ ਕਰਦੀਆਂ ਹਨ। ਜਿਹੋ ਜਿਹੀਆਂ ਤੁਹਾਡੀਆਂ ਕਦਰਾਂ ਕੀਮਤਾਂ ਹੋਣਗੀਆਂ, ਉਹੋ ਜਿਹੇ ਤੁਹਾਡੇ ਵਿਚਾਰ ਅਤੇ ਵਿਸ਼ਵਾਸ ਹੋ ਜਾਣਗੇ।
ਅਤੇ ਜਿਹੋ ਜਿਹੇ ਤੁਹਾਡੇ ਵਿਸ਼ਵਾਸ ਹੋਣਗੇ ਉਹੋ ਜਿਹਾ ਤੁਹਾਡਾ ਵਰਤਾਰਾ ਹੋ ਨਿਬੜੇਗਾ। ਲੈਣ ਦੇਣ ਦੇ ਵਰਤਾਰੇ ਜਾਂ ਕੰਮ ਕਦਰਾਂ ਕੀਮਤਾਂ ਅਨੁਸਾਰ ਹੀ ਮੁੱਲਵਾਨ ਅਤੇ ਮੁੱਲਹੀਣ ਬਣਦੇ ਹਨ। ਚੰਗੇ ਅਤੇ ਉਸਾਰੂ ਕਾਰਜਾਂ ਬਿਨਾਂ ਨਾ ਕਿਸੇ ਨੂੰ ਸੱਚੀ ਖੁਸ਼ੀ ਮਿਲਦੀ ਹੈ, ਨਾ ਹੀ ਉਸਦਾ ਸਮਾਂ ਸੁਖਾਵਾਂ ਲੰਘਦਾ ਹੈ। ਪ੍ਰਸੰਨਤਾ ਉੱਚੀਆਂ ਕਦਰਾਂ ਕੀਮਤਾਂ ਦਾ ਫਲ ਹੁੰਦੀ ਹੈ, ਜੋ ਨਾ ਸੰਤਾਨ 'ਤੇ ਨਿਰਭਰ ਕਰਦੀ ਹੈ ਅਤੇ ਨਾ ਹੀ ਜਾਇਦਾਦ 'ਤੇ। ਹਮਦਰਦੀ ਅਤੇ ਪਿਆਰ ਦਾ ਸੰਬੰਧ ਦੇਣ ਨਾਲ ਹੈ। ਪਿਆਰ ਅਤੇ ਹਮਦਰਦੀ ਬਿਨਾਂ ਨਰੋਆ ਅਤੇ ਸੁਖਾਵਾਂ ਜੀਵਨ ਨਹੀਂ ਜੀਵਿਆ ਜਾ ਸਕਦਾ। ਪ੍ਰਸੰਨਤਾ ਉਸ ਸਥਿਤੀ ਨੂੰ ਨਹੀਂ ਕਹਿੰਦੇ ਜਿਸ 'ਚ ਕੋਈ ਸਮੱਸਿਆ ਨਾ ਹੋਵੇ, ਸਗੋਂ ਉਸ ਸਥਿਤੀ ਨੂੰ ਕਹਿੰਦੇ ਹਨ ਜਿਸ 'ਚ ਅਸੀਂ ਆਪਣੀਆਂ ਸਮੱਸਿਆਵਾਂ ਆਪ ਹੱਲ ਕਰ ਲਈਆਂ ਹੋਣ। ਪਿਆਰ, ਸਾਂਝ ਅਤੇ ਖਿਮਾ ਜ਼ਿੰਦਗੀ ਦੇ ਚਮਕੀਲੇ ਰੰਗ ਹਨ, ਜਦੋਂ ਕਿ ਦੁਸ਼ਮਣੀ, ਬਦਲਾ ਅਤੇ ਨਫ਼ਰਤ ਮੌਤ ਦੇ ਤਿੰਨ ਮੂੰਹ ਹਨ। ਨੋਬੈਲ ਇਨਾਮਾਂ ਦੀ ਕਹਾਣੀ ਬੜੀ ਦਿਲਚਸਪ ਹੈ। ਐਲਫਰੈਡ ਨੋਬੈਲ ਨੇ ਬਾਰੂਦ ਦੀ ਕਾਢ ਕੱਢੀ ਸੀ, ਜਿਸ ਦੀ ਵਰਤੋਂ ਅਨੇਕਾਂ ਵਿਨਾਸ਼ਕਾਰੀ ਕਾਰਜਾਂ ਲਈ ਵੀ ਕੀਤੀ ਗਈ ਸੀ। ਇਸ ਕਾਢ ਕਾਰਨ ਨੋਬੈਲ ਬੜਾ ਧੰਨਵਾਨ ਵਿਅਕਤੀ ਬਣ ਗਿਆ ਸੀ। ਇੱਕ ਵਾਰੀ ਜਦੋਂ ਉਹ ਕਿਧਰੇ ਗਿਆ ਹੋਇਆ ਸੀ ਤਾਂ ਬਾਰੂਦ ਫਟਣ ਦੇ ਇੱਕ ਹਾਦਸੇ 'ਚ ਕਿਸੇ ਹੋਰ ਵਿਅਕਤੀ ਦੇ ਭੁਲੇਖੇ ਨੋਬੈਲ ਦੇ ਮਾਰੇ ਜਾਣ ਦੀ ਅਫਵਾਹ ਫੈਲ ਗਈ। ਅਖਬਾਰਾਂ 'ਚ ਛਾਪਿਆ ਗਿਆ ਕਿ ਵਿਨਾਸ਼ ਅਤੇ ਮੌਤ ਦਾ ਸ਼ੈਤਾਨੀ ਵਣਜਾਰਾ ਮਰ ਗਿਆ ਹੈ। ਨੋਬੈਲ ਨੂੰ ਆਪਣੇ ਲਈ ਵਰਤੇ ਗਏ ਇਹ ਸ਼ਬਦ ਪੜ੍ਹ ਕੇ ਬੜਾ ਸਦਮਾ ਲੱਗਿਆ। ਉਸਦੀ ਸੋਚ ਬਦਲੀ ਅਤੇ ਉਸਨੇ ਆਪਣੀ ਸਾਰੀ ਦੌਲਤ ਬੈਂਕ 'ਚ ਜਮ੍ਹਾਂ ਕਰਵਾ ਕੇ ਸੰਸਾਰ ਦਾ ਵਿਕਾਸ ਕਰਨ ਵਾਲੇ ਵਿਗਿਆਨੀਆਂ, ਡਾਕਟਰਾਂ, ਲੇਖਕਾਂ ਆਦਿ ਲਈ ਸੰਸਾਰ ਦੇ ਸਭ ਤੋਂ ਵੱਡੇ ਇਨਾਮਾਂ ਦਾ ਐਲਾਨ ਕੀਤਾ ਅਤੇ ਇਵੇਂ ਮੌਤ ਦਾ ਵਣਜਾਰਾ ਪਰ ਉਪਕਾਰ ਦਾ ਪ੍ਰਤੀਕ ਬਣਿਆ। ਦ੍ਰਿਸ਼ਟੀਕੋਣ ਅਤੇ ਪਹੁੰਚ ਦੀ ਦਰੁਸਤੀ 'ਤੇ ਹੀ ਕਾਰਜਾਂ ਦੀ ਦਰੁਸਤੀ ਨਿਰਭਰ ਕਰਦੀ ਹੈ। ਜਿੱਥੇ ਕਦਰਾਂ ਕੀਮਤਾਂ ਗਲਤ ਹੋਣਗੀਆਂ ਉੱਥੇ ਜ਼ਿੰਦਗੀ ਵੀ ਬੇਤਰਤੀਬੀ ਹੋਵੇਗੀ, ਉੱਥੇ ਸਭ ਕੁਝ ਬੇਮੁਹਾਰ ਹੋਵੇਗਾ। ਪਿਆਰ, ਦੋਸਤੀ, ਸੁੰਦਰਤਾ, ਕਲਾ, ਹੁਨਰ ਅਤੇ ਸੋਹਜ ਹੁਣ ਉਦੋਂ ਹੀ ਪ੍ਰਫੁੱਲਿਤ ਹੋਣਗੇ ਜਦੋਂ ਕਦਰਾਂ ਕੀਮਤਾਂ ਦੇ ਪੱਖੋਂ ਮਨੁੱਖ ਇੰਨਾ ਅਮੀਰ ਹੋ ਜਾਵੇਗਾ ਕਿ ਦੂਜੇ ਦਾ ਸੁੱਖ ਹੀ ਉਸਦਾ ਉਦੇਸ਼ ਬਣ ਜਾਵੇਗਾ ਅਤੇ ਕਿਸੇ ਦਾ ਬੁਰਾ ਕਰਨ ਦੀ ਇੱਛਾ ਯਤਨ ਕਰਨ ਨਾਲ ਵੀ ਨਹੀਂ ਉਪਜੇਗੀ। ਅਜਿਹੀ ਹਾਲਤ 'ਚ ਪਦਾਰਥਕ ਪੈਮਾਨਿਆਂ ਨਾਲ ਮਨੁੱਖ ਦੀ ਸ਼ਖਸੀਅਤ ਨੂੰ ਮਾਪਣ ਦੀ ਥਾਂ ਮਨੁੱਖੀ ਕਦਰਾਂ ਕੀਮਤਾਂ ਦੇ ਵੇਰਵੇ ਵਧੇਰੇ ਦਿਲਚਸਪ ਲੱਗਣਗੇ। ਭਵਿੱਖ ਦੇ ਧਰਮਾਂ 'ਚ ਪ੍ਰਾਰਥਨਾ ਰਲ ਕੇ ਨੱਚਣ ਨਾਲ ਹੋਵੇਗੀ, ਨਗਾਰੇ ਅਮਨ ਲਈ ਵੱਜਣਗੇ ਅਤੇ ਮਾਨਵ ਜਾਤੀ ਦੀ ਵੱਧ ਤੋਂ ਵੱਧ ਸੇਵਾ ਲਈ ਮੁਕਾਬਲਾ ਹੋਵੇਗਾ, ਸਿਰ ਧੜ ਦੀ ਬਾਜ਼ੀ ਲੱਗੇਗੀ। ਹੁਣ ਵੀ ਜਿਹੜੇ ਖੁੱਲ੍ਹ ਕੇ ਹੱਸ ਨਹੀਂ ਸਕਦੇ, ਨੱਚ ਨਹੀਂ ਸਕਦੇ, ਗਾ ਨਹੀਂ ਸਕਦੇ, ਉਹ ਬੁਨਿਆਦੀ ਤੌਰ 'ਤੇ ਆਜ਼ਾਦ ਅਤੇ ਸਵੱਛ ਸੋਚਣੀ ਦੇ ਧਾਰਨੀ ਨਹੀਂ ਹੋ ਸਕਦੇ। ਜਿਹੜੇ ਸੁਭਾਵਿਕ ਹੀ ਹੱਸ, ਨੱਚ ਅਤੇ ਗਾ ਸਕਦੇ ਹਨ, ਉਹ ਵੱਖਰੇ ਅਤੇ ਨਿਆਰੇ ਹੁੰਦੇ ਹਨ, ਉਹਨਾਂ ਨੂੰ ਗੁਲਾਮ ਬਣਾਉਣਾ ਅਸੰਭਵ ਹੈ। ਖੁਸ਼ ਰਹਿਣੇ ਲੋਕ ਹੀ ਨੱਚਣਾ ਗਾਉਣਾ ਸਿੱਖ ਸਕਦੇ ਹਨ। ਸ਼ਿਕਾਇਤੀ ਸੁਭਾਅ ਵਾਲੇ ਵਿਅਕਤੀ ਨਾ ਨੱਚ ਸਕਦੇ ਹਨ, ਨਾ ਹੀ ਗਾ ਸਕਦੇ ਹਨ ਅਤੇ ਨਾ ਹੀ ਦੂਜਿਆਂ ਦੇ ਪੱਖ 'ਚ ਸੋਚ ਸਕਦੇ ਹਨ। ਰਾਮਾਨੁਜ ਹਿੰਦੂ ਧਰਮ ਦੇ ਬੜੇ ਵੱਡੇ ਪ੍ਰਚਾਰਕ ਹੋਏ ਹਨ। ਇੱਕ ਵਾਰੀ ਉਹਨਾਂ ਦੇ ਗੁਰੂ ਨੇ ਉਹਨਾਂ ਦੇ ਮਨ ਦੀ ਉਦਾਰਤਾ ਨੂੰ ਵੇਖ ਕੇ ਪ੍ਰਸੰਨ ਹੋ ਕੇ ਉਹਨਾਂ ਨੂੰ ਇੱਕ ਮੰਤਰ ਦਿੱਤਾ ਅਤੇ ਕਿਹਾ, ਰੋਜ਼ ਪੜ੍ਹਿਆ ਕਰ, ਸਵਰਗ ਜਾਵੇਂਗਾ, ਜੇ ਕਿਸੇ ਨੂੰ ਇਹ ਮੰਤਰ ਦੱਸਿਆ ਤਾਂ ਨਰਕ ਜਾਵੇਂਗਾ। ਰਾਮਾਨੁਜ ਉੱਥੋਂ ਦੌੜ ਕੇ ਨੱਚਦਾ ਹੋਇਆ ਮੰਦਰ ਗਿਆ, ਲੋਕਾਂ ਨੂੰ ਇਕੱਠਿਆਂ ਕੀਤਾ ਅਤੇ ਉਹਨਾਂ ਨੂੰ ਸਵਰਗ ਜਾਣ ਦਾ ਮੰਤਰ ਦੱਸ ਦਿੱਤਾ। ਗੁਰੂ ਨਾਰਾਜ਼ ਹੋਇਆ, ਪੁੱਛਿਆ, ਇਹ ਤੂੰ ਕੀ ਕੀਤਾ? ਤੂੰ ਤਾਂ ਨਰਕ ਜਾਵੇਂਗਾ। ਰਾਮਾਨੁਜ ਨੇ ਮੁਸਕਰਾ ਕੇ ਕਿਹਾ, ਗੁਰੂ ਜੀ, ਮੈਂ ਤਾਂ ਜ਼ਰੂਰ ਨਰਕ ਜਾਵਾਂਗਾ, ਪਰ ਸੈਂਕੜੇ ਲੋਕ ਜਿਨ੍ਹਾਂ ਨੂੰ ਮੈਂ ਮੰਤਰ ਦੱਸਿਆ ਹੈ ਉਹ ਤਾਂ ਸਵਰਗ ਜਾਣਗੇ। ਗੁਰੂ ਨੇ ਆਪਣੇ ਚੇਲੇ ਨੂੰ ਸ਼ਾਬਾਸ਼ ਦੇਣੀ ਹੀ ਸੀ, ਪਰ ਉਪਕਾਰ ਦੀ ਭਾਵਨਾ ਦ੍ਰਿਸ਼ਟੀਕੋਣ ਦੀ ਵਿਸ਼ਾਲਤਾ ਦੀ ਪ੍ਰਤੀਕ ਹੁੰਦੀ ਹੈ। ਜ਼ਿੰਦਗੀ ਮੁੱਖ ਤੌਰ 'ਤੇ ਸਾਡੀ ਖੁਰਾਕ, ਸਾਡੀ ਸੋਚ ਅਤੇ ਸਾਡੇ ਅਮਲਾਂ 'ਤੇ ਉਸਰ ਹੀ ਹੁੰਦੀ ਹੈ। ਜੋ ਕੁਝ ਅਸੀਂ ਖਾਂਦੇ, ਸੋਚਦੇ ਅਤੇ ਕਰਦੇ ਹਾਂ ਉਹੋ ਜਿਹੇ ਹੀ ਅਸੀਂ ਬਣਦੇ ਜਾਂਦੇ ਹਾਂ।
ਖੁਰਾਕ ਅਤੇ ਸੋਚ ਨਾਲ ਹੀ ਜੀਵਨ ਪ੍ਰਤੀ ਸਾਡਾ ਦ੍ਰਿਸ਼ਟੀਕੋਣ ਉਸਰਦਾ ਹੈ। ਸਾਡਾ ਸਰੀਰ ਸਾਡੀ ਖਾਧੀ ਹੋਈ ਖੁਰਾਕ ਦਾ ਹੀ ਜੀਵੰਤ ਰੂਪ ਹੁੰਦਾ ਹੈ। ਸਾਡਾ ਮਨ ਸਾਡੇ ਵਿਚਾਰਾਂ ਦਾ ਹੀ ਵਡੇਰਾ ਜੋੜ ਹੁੰਦਾ ਹੈ। ਮਾਸ ਦੀ ਖੁਰਾਕ ਨਾਲ ਤਲਵਾਰ, ਲਹੂ, ਪੀੜ ਅਤੇ ਬੇਚਾਰਗੀ ਜੁੜੀ ਹੁੰਦੀ ਹੈ। ਇਹ ਸਾਰੇ ਦ੍ਰਿਸ਼ ਮਨ ਦੀ ਕਠੋਰਤਾ ਦੀਆਂ ਨਿਸ਼ਾਨੀਆਂ ਹਨ। ਸੁੰਦਰਤਾ, ਕੋਮਲਤਾ, ਹਮਦਰਦੀ ਅਤੇ ਪਿਆਰ ਲਈ ਪ੍ਰੇਰਿਤ ਵਿਅਕਤੀ ਇਹ ਕਿਵੇਂ ਸਹਾਰ ਸਕਦਾ ਹੈ ਕਿ ਉਸ ਦੀ ਖੁਰਾਕ ਲਈ ਕਠੋਰਤਾ ਵਰਤੀ ਜਾਵੇ? ਕਠੋਰਤਾ ਨਾਲ ਉਪਜਾਈ ਗਈ ਖੁਰਾਕ ਮਨ, ਸੋਚ ਅਤੇ ਸਰੀਰ ਨੂੰ ਵੀ ਕਠੋਰ ਬਣਾ ਦਿੰਦੀ ਹੈ। ਜਿੱਥੇ ਇਹ ਖੁਰਾਕ ਵਿਕਦੀ ਹੈ ਉੱਥੇ ਦੁਰਗੰਧ ਹੁੰਦੀ ਹੈ, ਕਿਉਂਕਿ ਇਹ ਖੁਰਾਕ ਇੱਕ ਲਾਸ਼ ਦਾ ਭਾਗ ਹੁੰਦੀ ਹੈ ਅਤੇ ਖਾਣ ਉਪਰੰਤ ਬਾਲੀ ਥਾਲੀ 'ਚ ਹੱਡੀਆਂ ਦਾ ਕੋਝਾ ਦ੍ਰਿਸ਼ ਉਪਜਦਾ ਹੈ। ਹਿੰਸਾ ਮਨੁੱਖੀ ਵਿਹਾਰ ਦੀ ਅਤਿ ਨੀਵੀਂ ਸਥਿਤੀ ਹੁੰਦੀ ਹੈ। ਜਦੋਂ ਕਤਲ ਕਰਨ ਦੀ ਆਦਤ ਪੈ ਜਾਂਦੀ ਹੈ ਤਾਂ ਡਾਕੇ ਮਾਰਨੇ ਖੱਬੇ ਹੱਥ ਦਾ ਕੰਮ ਹੋ ਨਿਬੜਦੇ ਹਨ। ਬੁੱਚੜਖਾਨੇ ਮਨੁੱਖ ਨੂੰ ਜੰਗ ਲਈ ਬੇਬਸ ਕਰਦੇ ਹਨ, ਕਿਉਂਕਿ ਹਿੰਸਾ ਛੋਟੀ ਤੋਂ ਵੱਡੀ ਪੱਧਰ ਵੱਲ ਫੈਲਦੀ ਹੈ। ਅਜਿਹਾ ਮਨੁੱਖ ਦੁਸ਼ਮਣੀਆਂ, ਈਰਖਾਵਾਂ, ਲੜਾਈਆਂ ਅਤੇ ਨਫ਼ਰਤਾਂ 'ਚ ਗਰਸਿਆ ਹੁੰਦਾ ਹੈ। ਅਜਿਹਾ ਮਨੁੱਖ ਆਪਣੇ ਭਰਾਵਾਂ ਨੂੰ ਵੀ ਮਾਰੇਗਾ। ਜੇ ਦਇਆ, ਸੁੰਦਰਤਾ, ਕੋਮਲਤਾ ਆਦਿ ਤੁਹਾਡੇ ਆਦਰਸ਼ ਹਨ ਤਾਂ ਤੁਸੀਂ ਮਾਸ ਖਾ ਹੀ ਨਹੀਂ ਸਕੋਗੇ। ਤੁਹਾਡੇ ਆਦਰਸ਼ ਐਵਰੈਸਟ ਦੀ ਚੋਟੀ ਵਾਂਗ ਉੱਚੇ ਹੋ ਜਾਣਗੇ ਅਤੇ ਮਨੁੱਖ ਦੀ ਨਿਰਾਸ਼ਤਾ 'ਚੋਂ ਸਿਰਜਣਾ ਅਤੇ ਉਦਾਰਤਾ ਦੇ ਨਵੇਂ ਨਮੂਨੇ ਉਸਰਨਗੇ। ਇੱਕ ਵਿਅਕਤੀ ਜਦੋਂ ਐਵਰੈਸਟ ਦੀ ਚੋਟੀ 'ਤੇ ਪਹੁੰਚਿਆ ਤਾਂ ਉਹ ਬੜਾ ਨਿਮਰ ਅਤੇ ਉਦਾਸ ਹੋ ਗਿਆ। ਨਿਮਰ ਇਸ ਕਰਕੇ ਕਿ ਪ੍ਰਕਿਰਤੀ ਦੀ ਵਿਸ਼ਾਲਤਾ 'ਚ ਉਹ ਆਪਣੇ ਆਪ ਨੂੰ ਤਿਲ ਮਾਤਰ ਅਨੁਭਵ ਕਰ ਰਿਹਾ ਸੀ ਅਤੇ ਉਦਾਸ ਇਸ ਕਰਕੇ ਕਿ ਹੋਰ ਉੱਤੇ ਜਾਣ ਲਈ ਕੋਈ ਰਸਤਾ ਜਾਂ ਮੁਕਾਮ ਨਹੀਂ ਸੀ। ਸਾਰੇ ਰਸਤੇ ਥੱਲੇ ਵੱਲ ਜਾਂਦੇ ਸਨ। ਐਵਰੈਸਟ ਦੀ ਚੋਟੀ 'ਤੇ ਖੋਟੀ ਜਾਂ ਬੇਈਮਾਨ ਬਿਰਤੀ ਵਾਲਾ ਵਿਅਕਤੀ ਨਹੀਂ ਚੜ੍ਹ ਸਕਦਾ, ਕਿਉਂਕਿ ਪਹਾੜਾਂ 'ਤੇ ਚੜ੍ਹਨ ਵਾਲਿਆਂ ਦਾ ਢੰਗ ਕੁਝ ਇਸ ਪ੍ਰਕਾਰ ਦਾ ਹੁੰਦਾ ਹੈ ਕਿ ਇੱਕ ਦੂਜੇ ਨਾਲ ਬੰਨੇ ਹੋਣ ਕਰਕੇ ਅੱਗੇ ਲੰਘ ਕੇ ਬਾਕੀ ਸਾਥੀਆਂ ਦੀ ਉਡੀਕ ਕਰਨੀ ਪੈਂਦੀ ਹੈ। ਇਹ ਵਰਤਾਰਾ ਵਿਰੋਧ ਵਿਕਾਸ ਸਿਧਾਂਤ ਦਾ ਹੀ ਪ੍ਰਗਟਾਵਾ ਹੈ। ਉਹ ਇੱਕ ਦੂਜੇ ਦੇ ਵਿਰੋਧ 'ਚ ਵੀ ਚੱਲਦੇ ਹਨ ਅਤੇ ਇੱਕ ਦੂਜੇ ਨੂੰ ਬਚਾਉਂਦੇ ਵੀ ਹਨ, ਜਿਵੇਂ ਤਾਰੇ ਇੱਕ ਦੂਜੇ ਨੂੰ ਪਰੇ ਵੀ ਧਕੇਲਦੇ ਹਨ ਅਤੇ ਇੱਕ ਦੂਜੇ ਵੱਲ ਖਿੱਚੇ ਵੀ ਜਾਂਦੇ ਹਨ। ਪਰਸਪਰ ਨਿਰਭਰਤਾ ਦੇ ਅਜਿਹੇ ਵਰਤਾਰੇ ਆਉਣ ਵਾਲੇ ਯੁੱਗ 'ਚ ਮਾਨਵ ਜਾਤੀ ਦੀ ਪਛਾਣ ਬਣ ਕੇ ਮਨੁੱਖ ਦੇ ਨੈਤਿਕ ਪੱਧਰ ਨੂੰ ਉੱਚਾ ਚੁੱਕਣਗੇ। ਧਨ ਮਨੁੱਖ ਨੂੰ ਸੰਤੁਸ਼ਟ ਕਰਨ 'ਚ ਸਫਲ ਨਹੀਂ ਹੋਇਆ। ਸੰਤੁਸ਼ਟਤਾ ਲਈ ਉੱਚੇ ਇਖਲਾਕ ਨੂੰ ਧਾਰਨ ਕਰਨਾ ਪਵੇਗਾ, ਜਿਸ ਦੀਆਂ ਇਤਿਹਾਸ 'ਚ ਅਨੇਕਾਂ ਮਿਸਾਲਾਂ ਹਨ। ਰੋਮਨ ਇਤਿਹਾਸ 'ਚ ਇੱਕ ਘਟਨਾ ਦਾ ਉਲੇਖ ਹੈ। ਇੱਕ ਜੰਗ 'ਚ ਰੋਮਨ ਫੌਜਾਂ ਦੇ ਬਹਾਦਰ ਜਰਨੈਲ ਰੈਗੂਲਸ ਨੂੰ ਕਾਰਥੇਜੀਆ ਵੱਲੋਂ ਕੈਦੀ ਬਣਾ ਕੇ ਮੌਤ ਦੀ ਸਜ਼ਾ ਸੁਣਾਈ ਗਈ। ਕਾਰਥੇਜੀ ਹਾਕਮ ਇਸ ਜਰਨੈਲ ਦੀ ਸਥਿਤੀ ਨੂੰ ਵਰਤ ਕੇ ਰੋਮ ਨੂੰ ਆਪਣੀਆਂ ਸ਼ਰਤਾਂ 'ਤੇ ਸਮਝੌਤਾ ਕਰਨ ਲਈ ਮਜਬੂਰ ਕਰਨਾ ਚਾਹੁੰਦੇ ਸਨ। ਰੋਮ ਨਾਲ ਸੁਲਹਿ ਦੀਆਂ ਸ਼ਰਤਾਂ ਲਈ ਕਾਰਜੇਥੀਆ ਹਾਕਮਾਂ ਵੱਲੋਂ ਆਪਣੇ ਅਧਿਕਾਰੀਆਂ ਨਾਲ ਜਰਨੈਲ ਰੈਗੂਲਸ ਨੂੰ ਇਸ ਸ਼ਰਤ 'ਤੇ ਰੋਮ ਭੇਜਿਆ ਗਿਆ ਕਿ ਜੇ ਉਹ ਸਮਝੌਤਾ ਕਰਵਾਉਣ 'ਚ ਮਦਦਗਾਰ ਸਾਬਤ ਹੋਇਆ ਤਾਂ ਉਸ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਰੈਗੂਲਸ ਨੂੰ ਕਸਮ ਖੁਆਈ ਗਈ ਕਿ ਸੁਲਹਿ ਨਾ ਹੋਣ ਦੀ ਸੂਰਤ 'ਚ ਉਹ ਵਾਪਸ ਪਰਤ ਆਵੇਗਾ। ਰੈਗੂਲਸ ਰੋਮ ਗਿਆ ਆਪਣੀ ਜਾਨ ਬਚਾਉਣ ਲਈ ਨਹੀਂ, ਸਗੋਂ ਰੋਮਨ ਸਲਤਨਤ ਦਾ ਸਨਮਾਨ ਵਧਾਉਣ ਲਈ। ਰੋਮ ਦੀ ਸੈਨਟ 'ਚ ਸੁਲਹਿ ਦੀਆਂ ਸ਼ਰਤਾਂ ਦੱਸ ਕੇ ਰੈਗੂਲਸ ਨੇ ਇਤਿਹਾਸ ਦੇ ਪੰਨਿਆਂ 'ਚ ਗੂੰਜ ਪੈਦਾ ਕਰਨ ਵਾਲੀ ਆਵਾਜ਼ 'ਚ ਕਿਹਾ, ਸਮਝੌਤੇ ਦੀਆਂ ਇਹ ਅਪਮਾਨਜਨਕ ਸ਼ਰਤਾਂ ਕਿਸੇ ਵੀ ਕੀਮਤ 'ਤੇ ਨਾ ਮੰਨੀਆਂ ਜਾਣ। ਸੈਨਟ ਨੇ ਰੈਗੂਲਸ ਨੂੰ ਜਦੋਂ ਵਾਪਸ ਜਾਣ ਤੋਂ ਰੋਕਣਾ ਚਾਹਿਆ ਤਾਂ ਉਸਨੇ ਕਿਹਾ, ਮੈਂ ਰੋਮ ਦੀਆਂ ਸ਼ਾਨਦਾਰ ਰਵਾਇਤਾਂ ਦਾ ਪ੍ਰਤੀਕ ਹਾਂ। ਰੋਮਨ ਕਦੀ ਆਪਣੇ ਵਾਅਦੇ ਤੋਂ ਨਹੀਂ ਮੁੱਕਰਦੇ। ਮੈਂ ਵਾਪਸ ਮੁੜਨ ਦੀ ਕਸਮ ਖਾ ਕੇ ਆਇਆ ਹਾਂ। ਰੋਮਨ ਸਲਤਨਤ ਦੀ ਸ਼ਾਨ ਵਾਸਤੇ ਮੇਰਾ ਵਾਪਸ ਜਾਣਾ ਜ਼ਰੂਰੀ ਹੈ, ਕਿਉਂਕਿ ਮੈਨੂੰ ਆਪਣੀ ਮੌਤ ਨਾਲੋਂ ਆਪਣਾ ਵਾਅਦਾ ਪਿਆਰਾ ਹੈ। ਰੈਗੂਲਸ ਵਾਪਸ ਕਾਰਥੇਜ ਗਿਆ, ਜਿੱਥੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਵੇਂ ਹੀ ਯੂਨਾਨ 'ਚ ਸੁਕਰਾਤ ਨੇ ਆਪਣੇ ਵਿਚਾਰਾਂ ਅਤੇ ਵਿਸ਼ਵਾਸਾਂ ਦੀ ਖਾਤਰ
ਮਰ ਮਿਟਵੀਂ ਦਲੇਰੀ ਨਾਲ ਜ਼ਹਿਰ ਦਾ ਪਿਆਲਾ ਪੀ ਕੇ ਪ੍ਰਗਟਾਵੇ ਦੀ ਆਜ਼ਾਦੀ ਲਈ ਸੰਸਾਰ ਦੇ ਪਹਿਲੇ ਸ਼ਹੀਦ ਦਾ ਰੁਤਬਾ ਪਾਇਆ ਸੀ। ਉੱਚੇ ਚਰਿੱਤਰ ਤੋਂ ਸੱਖਣੇ ਵਿਚਾਰਾਂ, ਕਾਰਜਾਂ, ਵਿਸ਼ਵਾਸਾਂ ਅਤੇ ਕਦਰਾਂ ਕੀਮਤਾਂ ਦੇ ਕੋਈ ਅਰਥ ਨਹੀਂ ਹੁੰਦੇ। ਉੱਚੇ ਚਰਿੱਤਰ ਵਾਲੇ ਲੋਕ ਇਤਿਹਾਸ ਦੇ ਪੰਨਿਆਂ 'ਚ ਹੀ ਨਹੀਂ, ਸਾਡੇ ਆਲੇ ਦੁਆਲੇ 'ਚ ਵੀ ਹੁੰਦੇ ਹਨ। ਪਰ ਜ਼ਿੰਦਗੀ ਦੀ ਕਾਹਲ ਕਾਰਨ ਅਸੀਂ ਉਹਨਾਂ ਨੂੰ ਪਛਾਣਦੇ ਨਹੀਂ। ਪਿੱਛੇ ਜਿਹੇ ਮੈਂ ਆਪਣੇ ਵਿਦਿਆਰਥੀਆਂ ਨੂੰ ਕਿਸੇ ਉਸ ਵਿਅਕਤੀ ਦਾ ਚਰਿੱਤਰ ਚਿੱਤਰਨ ਲਈ ਕਿਹਾ ਜਿਸ ਨੇ ਉਹਨਾਂ ਨੂੰ ਨੇੜਿਓਂ ਪ੍ਰਭਾਵਿਤ ਕੀਤਾ ਹੋਵੇ। ਇੱਕ ਵਿਦਿਆਰਥਣ ਨੇ ਜੋ ਕੁਝ ਲਿਖਿਆ ਉਹ ਸਭ ਨਾਲ ਸਾਂਝਾ ਕਰਨ ਯੋਗ ਹੈ। ਉਸਨੇ ਲਿਖਿਆ, ਮੇਰੇ ਲਈ ਮੇਰੀਆਂ ਨਜ਼ਰਾਂ 'ਚ ਮੇਰੀ ਮਾਂ ਹੀ ਸਭ ਤੋਂ ਵੱਧ ਪਰਉਪਕਾਰੀ ਅਤੇ ਦਿਆਲੂ ਵਿਅਕਤੀ ਹੈ। ਮੈਂ ਉਸਨੂੰ ਕਦੇ ਵੀ ਆਪਣੀ ਪਲੇਟ 'ਚ ਪਹਿਲੇ ਖਾਣਾ ਪਾਉਂਦਿਆਂ ਨਹੀਂ ਵੇਖਿਆ। ਕਦੇ ਵੀ ਉਸਨੇ ਆਪਣੇ ਆਪ ਨੂੰ ਪਰਿਵਾਰ ਤੋਂ ਪਹਿਲੇ ਨਹੀਂ ਰੱਖਿਆ। ਅਨੇਕਾਂ ਪਰਉਪਕਾਰੀ ਵਿਅਕਤੀਆਂ ਦੇ ਮੈਂ ਨਾਂ ਜ਼ਰੂਰ ਸੁਣੇ ਸਨ, ਪਰ ਮੈਂ ਆਪਣੀ ਮਾਂ ਨੂੰ ਹਰ ਰੋਜ਼ ਉੱਚੀਆਂ ਸੋਚਾਂ ਨਾਲ ਅਤੇ ਦੋ ਨਿੱਕੇ ਨਿੱਕੇ ਹੱਥਾਂ ਨਾਲ ਵੱਡੇ ਵੱਡੇ ਕੰਮ ਕਰਦਿਆਂ ਵੇਖਦੀ ਹਾਂ। ਉਸਨੇ ਸਾਡੇ ਘਰ ਨੂੰ ਇੱਜ਼ਤਦਾਰ ਅਤੇ ਸਾਨੂੰ ਉਦਾਰਚਿਤ ਬਣਾਇਆ ਹੈ। ਮੇਰੀ ਇੱਕੋ ਇੱਕ ਖਾਹਿਸ਼ ਹੈ ਕਿ ਮੈਂ ਆਪਣੀ ਮਾਂ ਵਰਗੀਆਂ ਉੱਚੀਆਂ ਕਦਰਾਂ ਕੀਮਤਾਂ ਅਪਣਾ ਸਕਾਂ। ਉਹ ਮੇਰੀ ਦੁਨੀਆ ਦਾ ਸੂਰਜ ਹੈ, ਭਾਵੇਂ ਮੇਰਾ ਅਸਮਾਨ ਛੋਟਾ ਹੈ, ਪਰ ਇਸ ਦੇ ਨਜ਼ਾਰੇ ਵਿਸ਼ਾਲ ਹਨ। ਨਿਰਸੰਦੇਹ ਇੱਜ਼ਤਦਾਰ ਘਰ ਅਤੇ ਉਦਾਰਚਿਤ ਔਲਾਦ ਨਾਲੋਂ ਵਡੇਰੀ ਖੁਸ਼ਹਾਲੀ ਅਤੇ ਦੌਲਤ ਕੋਈ ਨਹੀਂ ਹੁੰਦੀ। ਜਿਨ੍ਹਾਂ ਦੀ ਸੋਚ ਚਮਕ ਹੁੰਦੀ ਹੈ ਉਹ ਸੂਰਜ ਵਾਂਗ ਲਿਸ਼ਕਦੇ ਹਨ। ਸੂਰਜਮੁਖੀ ਫੁੱਲ ਦਾ ਮੂੰਹ ਹੀ ਸੂਰਜ ਵੱਲ ਨਹੀਂ ਹੁੰਦਾ, ਉਸਦੀ ਸੂਰਤ ਵੀ ਸੂਰਜ ਵਰਗੀ ਹੁੰਦੀ ਹੈ। ਹਰ ਕਿਸੇ ਦੀ ਜ਼ਿੰਦਗੀ 'ਚ ਉੱਚੀਆਂ ਕਦਰਾਂ ਕੀਮਤਾਂ ਵਾਲੇ ਲੋਕ ਆਉਂਦੇ ਹਨ ਜਿਹੜੇ ਸਿਤਾਰਿਆਂ ਵਾਂਗ ਉਸਦਾ ਆਕਾਸ਼ ਭਰ ਦਿੰਦੇ ਹਨ। ਨਿਸ਼ਚੇ ਹੀ ਲੋਕਾਂ ਦੀ ਬਹੁਗਿਣਤੀ ਆਪਣੇ ਆਪ ਨੂੰ ਪਿਆਰ ਕਰਨ ਵਾਲਿਆਂ ਦੀ ਹੀ ਹੁੰਦੀ ਹੈ, ਪਰ ਕੋਈ ਤਿਆਗ ਅਤੇ ਕੁਰਬਾਨੀ ਦੀਆਂ ਸਦੀਵੀ ਮਿਸਾਲਾਂ ਵੀ ਉਸਾਰ ਜਾਂਦੇ ਹਨ ਜਿਨ੍ਹਾਂ ਨਾਲ ਸਾਡਾ ਸਮੁੱਚਾ ਦ੍ਰਿਸ਼ਟੀਕੋਣ ਬਦਲ ਜਾਂਦਾ ਹੈ। ਮੇਰੇ ਬਚਪਨ 'ਚ ਅਜਿਹੀ ਇੱਕ ਘਟਨਾ ਵਾਪਰੀ ਸੀ। ਆਪਣੇ ਵੱਡੇ ਭਰਾ ਦਾ ਪ੍ਰੇਰਿਆ ਮੈਂ ਇੱਕ ਪ੍ਰੀਖਿਆ 'ਚ ਅੱਵਲ ਆ ਗਿਆ ਸਾਂ। ਇਨਾਮ 'ਚ ਮੇਰੇ ਭਰਾ ਨੇ ਮੈਨੂੰ ਇੱਕ ਘੜੀ, ਮੇਰੀ ਜ਼ਿੰਦਗੀ ਦੀ ਪਹਿਲੀ ਘੜੀ ਦਿੱਤੀ ਸੀ। ਮਹੱਤਵਪੂਰਨ ਗੱਲ ਇਹ ਨਹੀਂ ਸੀ ਕਿ ਉਸਨੇ ਮੈਨੂੰ ਇੱਕ ਘੜੀ ਦਿੱਤੀ ਸੀ, ਵਿਸ਼ੇਸ਼ ਗੱਲ ਇਹ ਸੀ ਕਿ ਉਸਨੇ ਮੈਨੂੰ ਉਦੋਂ ਘੜੀ ਦਿੱਤੀ ਸੀ ਜਦੋਂ ਉਸ ਕੋਲ ਆਪਣੇ ਕੋਲ ਘੜੀ ਨਹੀਂ ਸੀ। ਕਈ ਤੋਹਫ਼ੇ ਜ਼ਿੰਦਗੀ ਦਾ ਵਰਦਾਨ ਬਣ ਜਾਂਦੇ ਹਨ। ਮੇਰੇ ਇੱਕ ਅਧਿਆਪਕ ਕਿਹਾ ਕਰਦੇ ਸਨ ਕਿ ਜੇ ਤੋਹਫ਼ੇ ਦੇ ਜਵਾਬ 'ਚ ਤੁਹਾਡੇ ਕੋਲ ਦੇਣ ਲਈ ਕੁਝ ਨਹੀਂ ਤਾਂ ਮਿਲਣ ਵਾਲੇ ਤੋਹਫ਼ੇ ਨੂੰ ਇੰਨੇ ਜੋਸ਼ ਅਤੇ ਧੰਨਵਾਦ ਨਾਲ ਸਵੀਕਾਰ ਕਰੋ ਕਿ ਤੋਹਫ਼ਾ ਦੇਣ ਵਾਲਾ ਰੱਜ ਜਾਵੇ ਅਤੇ ਆਪਣੇ ਆਪ ਨੂੰ ਤੋਹਫ਼ਾ ਦੇਣ ਵਾਲੇ ਲਈ ਇੰਨਾ ਲਾਭਦਾਇਕ ਬਣਾ ਲਵੋ ਕਿ ਉਹ ਤੁਹਾਨੂੰ ਅਗਲਾ ਤੋਹਫ਼ਾ ਦੇਣਾ ਨਾ ਭੁੱਲ ਸਕੇ। ਜੀਵਨ ਉਨਾ ਚਿਰ ਹੀ ਮਾਣਿਆ ਜਾ ਸਕਦਾ ਹੈ ਜਿੰਨਾ ਚਿਰ ਇਹ ਦੂਜਿਆਂ ਲਈ ਲਾਭਦਾਇਕ ਹੁੰਦਾ ਹੈ। ਜੀਵਨ ਨੂੰ ਮਾਣਨ ਲਈ ਉੱਚੀਆਂ ਕਦਰਾਂ ਵੀ ਉਨੀਆਂ ਹੀ ਲੋੜੀਂਦੀਆਂ ਹਨ ਜਿੰਨੀ ਬੌਧਿਕ ਸ਼ਕਤੀ ਅਤੇ ਸਰੀਰਕ ਤਾਕਤ। ਉੱਚੀਆਂ ਕਦਰਾਂ ਕੀਮਤਾਂ 'ਚ ਸਾਡੀ ਅਕਲ ਅਤੇ ਸਿਆਣਪ ਨੂੰ ਵੀ ਉੱਚੀਆਂ ਚੁੱਕਣ ਦੀ ਸਮਰੱਥਾ ਹੁੰਦੀ ਹੈ। ਅਕਲ ਸੁਚੇਤ ਮਨ 'ਚ ਹੁੰਦੀ ਹੈ, ਸਿਆਣਪ ਅਚੇਤ ਮਨ 'ਚ, ਜਦੋਂ ਕਿ ਕਦਰਾਂ ਕੀਮਤਾਂ ਇਹਨਾਂ ਦੋਹਾਂ ਦੀ ਸੰਤਾਨ ਹੁੰਦੀਆਂ ਹਨ। ਉੱਚੀਆਂ ਕਦਰਾਂ ਕੀਮਤਾਂ ਤੋਂ ਸੱਖਣਾ ਵਿਅਕਤੀ ਨਵੇਂ ਵਿਚਾਰਾਂ, ਉਦੇਸ਼ਾਂ ਅਤੇ ਆਦਰਸ਼ਾਂ ਨੂੰ ਸਿਰਜਣ ਦੀ ਸਮਰੱਥਾ ਮੁੱਕ ਜਾਣ ਕਰਕੇ ਆਪਣੇ ਨਾਲੋਂ ਕਮਜ਼ੋਰਾਂ ਅਤੇ ਹਕੂਮਤ ਦੀ ਲਾਲਸਾ ਕਰਨ ਲੱਗ ਪੈਂਦਾ ਹੈ। ਸਭ ਪ੍ਰਕਾਰ ਦਾ ਸ਼ੋਸ਼ਣ ਇਸ ਹਕੂਮਤੀ ਬਿਰਤੀ ਦਾ ਲੱਛਣ ਹੁੰਦਾ ਹੈ। ਜਿਸ ਦੇ ਸਾਹਮਣੇ ਕਈ ਸਾਲਾਂ ਤੋਂ ਇੱਕੋ ਦਿਸ ਹੱਦਾ ਚੱਲਦਾ ਆ ਰਿਹਾ ਹੋਵੇ, ਉਸ ਦੀ ਸੋਚ ਦੀਆਂ ਸੂਈਆਂ ਖਲੋ ਗਈਆਂ ਹੋਣਗੀਆਂ। ਉਹ ਇੱਕ ਪਾਸੇ ਪੇ ਸਰੀਰ ਵਾਂਗ ਥੱਕ ਗਿਆ ਹੋਵੇਗਾ ਅਤੇ ਉਸ ਦੇ ਵਿਚਾਰਾਂ ਨੂੰ ਉਬਾਸੀਆਂ ਆਉਣ ਲੱਗ ਪਈਆਂ ਹੋਣਗੀਆਂ। ਸੰਸਾਰ ਦਾ ਵਿਕਾਸ ਜਾਂ ਸੁਧਾਰ ਜਨ ਸਧਾਰਨ ਦਾ ਗਿਆਨ ਵਧਾਏ ਬਿਨਾਂ ਨਹੀਂ ਹੋ ਸਕਦਾ। ਨਵੇਂ ਗਿਆਨ 'ਚ ਦਿਲਚਸਪੀ ਲੈਣਾ ਅਤੇ ਨਵੇਂ ਵਿਚਾਰਾਂ ਦਾ ਸੰਚਾਰ ਕਰਨਾ ਤੰਦਰੁਸਤ ਵਿਅਕਤੀ ਦਾ ਸੁਭਾਅ ਹੁੰਦਾ ਹੈ। ਸੰਸਾਰ ਦੇ ਵਿਕਾਸ ਲਈ ਅਤੇ ਸੰਤੁਸ਼ਟ ਕਰਨ ਵਾਲੀ ਖੁਸ਼ਹਾਲੀ ਲਈ ਉਦਾਰਚਿਤ ਉੱਚੀਆਂ ਕਦਰਾਂ ਕੀਮਤਾਂ ਵਾਲੇ ਵਿਅਕਤੀ ਲੋੜੀਂਦੇ ਹਨ। ਕੇਵਲ ਵਰੇ ਬੀਤਣ ਨਾਲ ਕੋਈ ਬੁੱਢਾ ਨਹੀਂ ਹੁੰਦਾ, ਸਗੋਂ ਲੋਕ ਬੁੱਢੇ ਉਦੋਂ ਹੁੰਦੇ ਹਨ ਜਦੋਂ ਉਹ ਆਪਣੇ ਆਦਰਸ਼ ਤਿਆਗ ਦਿੰਦੇ ਹਨ।
ਵੇਖਿਆ ਗਿਆ ਹੈ ਕਿ ਜਵਾਨੀ 'ਚ ਯਥਾਰਥਵਾਦੀ ਅਤੇ ਬੁਢਾਪੇ 'ਚ ਆਦਰਸ਼ਵਾਦੀ ਹੋਣ ਨਾਲ ਉਮਰ ਸਾਰਥਕ ਅਤੇ ਲੰਮੀ ਹੋ ਜਾਂਦੀ ਹੈ। ਕਹਿੰਦੇ ਹਨ, ਪੁਸ਼ਾਕ ਜਿੰਨੀ ਸਵੱਛ, ਸਰਲ ਅਤੇ ਸੰਖੇਪ ਹੋਵੇਗੀ, ਸਰੀਰ ਉਨਾ ਹੀ ਵਧੇਰੇ ਚੇਤਨ ਹੋਵੇਗਾ। ਇਵੇਂ ਹੀ ਜ਼ਰੂਰਤਾਂ ਘਟਾਉਣ ਨਾਲ ਸੁੱਖ ਹੀ ਨਹੀਂ ਮਿਲਦਾ, ਸੁਤੰਤਰਤਾ ਅਤੇ ਵਿਸ਼ਾਲਤਾ ਦਾ ਆਨੰਦ ਵੀ ਮਿਲਦਾ ਹੈ ਅਤੇ ਇਕਲਾਖੀ ਹੁਸਨ ਵੀ ਉਪਜਦਾ ਹੈ। ਸਾਫ਼ ਜ਼ਮੀਰ ਕਦੇ ਮੈਲੇ ਲਿਬਾਸ 'ਚ ਨਹੀਂ ਹੁੰਦੀ। ਜਿਉਂ ਜਿਉਂ ਮਨੁੱਖ ਕੁਦਰਤ ਵਾਂਗ ਸੱਜਰਾ ਅਤੇ ਵਿਸ਼ਾਲ ਹੁੰਦਾ ਜਾਂਦਾ ਹੈ, ਤਿਉਂ ਤਿਉਂ ਉਹ ਕੁਦਰਤ ਵਾਂਗ ਸਖੀ, ਸੁਖੀ, ਸਹਿਯੋਗੀ, ਸਦਭਾਵੀ, ਉਦਾਰ ਅਤੇ ਖਿਮਾ ਭਰਪੂਰ ਵੀ ਹੁੰਦਾ ਜਾਂਦਾ ਹੈ। ਜਿਵੇਂ ਸੱਚ ਬੋਲਣਾ ਕਿਸੇ ਵੀ ਯੁੱਗ ਦਾ ਮੁੱਖ ਰਿਵਾਜ਼ ਨਹੀਂ ਰਿਹਾ, ਐਵੇਂ ਹੀ ਉੱਚੀਆਂ ਕਦਰਾਂ ਕੀਮਤਾਂ ਵਾਲੇ ਸਰਬੱਤ ਦੇ ਭਲੇ ਦੇ ਅਭਿਲਾਸੀ ਵਿਅਕਤੀ ਕਿਸੇ ਵੀ ਸਮਾਜ 'ਚ ਬਹੁਗਿਣਤੀ 'ਚ ਨਹੀਂ ਹੁੰਦੇ। ਜਿਨ੍ਹਾਂ ਵਿਅਕਤੀਆਂ ਨੂੰ ਉੱਚੀਆਂ ਕਦਰਾਂ ਕੀਮਤਾਂ ਦੀ ਜਾਗ ਲੱਗ ਜਾਂਦੀ ਹੈ, ਉਹ ਝੂਠ ਫਰੇਬ, ਬੇਈਮਾਨੀ, ਦਿਖਾਵੇ ਆਦਿ ਤੋਂ ਮੁਕਤ ਹੋ ਜਾਂਦੇ ਹਨ। ਉੱਚੀਆਂ ਕਦਰਾਂ ਕੀਮਤਾਂ ਦੇ ਧਾਰਨੀ ਲਈ ਸਭ ਤੋਂ ਵੱਧ ਜ਼ਰੂਰੀ ਹੈ ਸਵੈ ਕਾਬੂ। ਇਹੀ ਸਭ ਤੋਂ ਵੱਡੀ ਤਾਕਤ ਹੈ ਅਤੇ ਇਸ 'ਚ ਸਾਰੀਆਂ ਖੁਸ਼ੀਆਂ ਦੇ ਖਜ਼ਾਨੇ ਅਤੇ ਸਭ ਪੀੜਾਂ ਦੀ ਦਵਾ ਹੈ। ਧਨ ਦੀ ਘਾਟ ਕੋਈ ਵੱਡੀ ਘਾਟ ਨਹੀਂ ਹੁੰਦੀ, ਪਰ ਕਦਰਾਂ ਕੀਮਤਾਂ ਦੀ ਗਰੀਬੀ ਸਾਨੂੰ ਅੰਦਰੋਂ ਕੰਗਾਲ ਕਰ ਦਿੰਦੀ ਹੈ। ਅਕਸਰ ਵੇਖਿਆ ਗਿਆ ਹੈ ਕਿ ਜੋ ਲੋਕ ਨੇਕ, ਪਰਉਪਕਾਰੀ ਅਤੇ ਦਾਨੀ ਹੁੰਦੇ ਹਨ, ਉਹ ਆਪ ਜਾਂ ਉਹਨਾਂ ਦੇ ਪਰਿਵਾਰ ਬੜਾ ਦੁੱਖ ਪਾਉਂਦੇ ਹਨ, ਪਰ ਇਹ ਦੁੱਖ ਉਹਨਾਂ ਦੇ ਚੰਗੇ ਹੋਣ ਦੇ ਨਾਲ ਚੰਗੇ ਬਣੇ ਰਹਿਣ ਦੀ ਪਰਖ ਵੀ ਹੁੰਦੇ ਹਨ। ਕੁਦਰਤ ਚੰਗੇ ਬੰਦਿਆਂ ਨੂੰ ਮੁਸੀਬਤਾਂ 'ਚ ਪਾ ਕੇ ਉਹਨਾਂ ਦਾ ਸਤਿਕਾਰ ਕਰਦੀ ਹੈ, ਜਿਹੋ ਜਿਹਾ ਸਮਾਜ ਗੁਰੂ ਨਾਨਕ ਦੇਵ ਜੀ ਨੇ ਚਿਤਵਿਆ ਸੀ ਜਾਂ ਗੁਰੂ ਗੋਬਿੰਦ ਸਿੰਘ ਜੀ ਨੇ ਵਿਉਂਤਿਆ ਸੀ, ਉਹ ਉਸ 'ਚ ਸਫਲ ਨਹੀਂ ਹੋਏ। ਭਾਵੇਂ ਹਜ਼ਾਰਾਂ ਸਾਲ ਲੱਗ ਜਾਣ, ਜਦੋਂ ਤੱਕ ਉਹਨਾਂ ਦੇ ਸੁਪਨੇ ਪੂਰੇ ਨਹੀਂ ਹੁੰਦੇ, ਯਤਨ ਨਿਰੰਤਰ ਜਾਰੀ ਰਹਿਣਗੇ। ਜਿਹੜੇ ਸਮੁੱਚੀ ਮਨੁੱਖਤਾ ਲਈ ਸੋਚਦੇ ਹਨ, ਉਹ ਸਮੁੱਚੀ ਮਾਨਵ ਜਾਤੀ ਦੀ ਵਿਰਾਸਤ ਬਣ ਜਾਂਦੇ ਹਨ। ਕਦਰਾਂ ਕੀਮਤਾਂ ਦੇ ਅਰਥ ਸਪੱਸ਼ਟ ਕਰਨੇ ਸੌਖੇ ਨਹੀਂ, ਪਰ ਸਮਝਣ ਦੀ ਸੌਖ ਲਈ ਇਹਨਾਂ ਨੂੰ ਜ਼ਿੰਦਗੀ ਦੀਆਂ ਸਾਂਝਾਂ 'ਚੋਂ ਉਪਜੀ ਉਦਾਰ ਦ੍ਰਿਸ਼ਟੀ ਅਤੇ ਉਸਾਰੂ ਵਿਚਾਰਾਂ ਦਾ ਚੌੜਾ ਹੁੰਦਾ ਘੇਰਾ ਆਖਿਆ ਜਾ ਸਕਦਾ ਹੈ। ਉੱਚੀਆਂ ਕਦਰਾਂ ਕੀਮਤਾਂ ਦੇ ਅਰਥ ਉਸਾਰੂ ਸੋਚਾਂ, ਸੁੱਚੇ ਉਦੇਸ਼ਾਂ, ਕਲਿਆਣਕਾਰੀ ਆਦਰਸ਼ਾਂ ਅਤੇ ਚੰਗੀਆਂ ਆਦਤਾਂ ਤੋਂ ਹਨ। ਠੀਕ ਕੰਮ ਨੂੰ ਨਿਆਂਪੂਰਨ, ਨਿਰਪੱਖ ਅਤੇ ਸੁੱਚੀ ਭਾਵਨਾ ਨਾਲ ਕਰਨਾ ਮਨੁੱਖ ਦੇ ਇਨਸਾਨ ਹੋਣ ਦੀ ਬੁਨਿਆਦੀ ਪਛਾਣ ਹੁੰਦੀ ਹੈ। ਸਾਡੀਆਂ ਕਦਰਾਂ ਕੀਮਤਾਂ ਦੀ ਪਰਖ ਕਿਸੇ ਸੰਕਟ ਵੇਲੇ ਹੀ ਹੁੰਦੀ ਹੈ। ਸੰਸਾਰ ਅਤੇ ਸਮਾਜ ਦੇ ਸਾਂਝੇ ਵਿਕਾਸ ਲਈ ਆਪਣੇ ਨਿੱਜੀ ਸਵਾਰਥਾਂ ਨੂੰ ਤਿਆਗ ਦੇਣ ਦੀ ਯੋਗਤਾ ਤਾਂ ਹੀ ਪੈਦਾ ਹੋਵੇਗੀ ਜੇ ਸਾਡੀਆਂ ਸੋਚਾਂ 'ਚ ਵਿਸ਼ਾਲ ਸੁਹਿਰਦਤਾ ਦੀ ਖੁਸ਼ਹਾਲੀ ਹੋਵੇਗੀ। ਜ਼ਿੰਮੇਵਾਰੀ ਦੀ ਭਾਵਨਾ, ਦੇਸ਼ ਭਗਤੀ, ਚਰਿੱਤਰ, ਵਾਅਦੇ ਦੀ ਪੂਰਤੀ, ਸਖ਼ਤ ਮਿਹਨਤ, ਨਿਆਂ, ਵਫਾਦਾਰੀ, ਇਮਾਨਦਾਰੀ, ਹਮਦਰਦੀ, ਹੌਂਸਲਾ, ਨਿਮਰਤਾ ਆਦਿ ਸਦੀਆਂ ਪੁਰਾਣੀਆਂ ਕਦਰਾਂ ਕੀਮਤਾਂ ਹਨ, ਜਿਹੜੀਆਂ ਅਜੇ ਕਈ ਸਦੀਆਂ ਮੁੱਲਵਾਨ ਰਹਿਣਗੀਆਂ। ਲਾਲਚ, ਡਰ, ਲਾਪਰਵਾਹੀ, ਅਨਿਆਂ, ਨਫ਼ਰਤ, ਚਰਿੱਤਰਹੀਣਤਾ, ਤੋਖਲੇ ਅਤੇ ਸੰਸੇ ਆਦਿ ਹਰ ਕਿਸੇ ਦੇ ਰਾਹ ਦੀਆਂ ਰੁਕਾਵਟਾਂ ਹਨ। ਪਰ ਉਸਾਰੂ ਕਦਰਾਂ ਕੀਮਤਾਂ ਦੇ ਧਾਰਨੀ ਨਾ ਕੇਵਲ ਇਹਨਾਂ ਤੋਂ ਪਾਰ ਜਾਣ ਦਾ ਉਪਰਾਲਾ ਕਰਦੇ ਹਨ, ਸਗੋਂ ਦੂਜਿਆਂ ਨੂੰ ਵੀ ਸਹਿਯੋਗ ਦਿੰਦੇ ਹਨ। ਅਜੋਕੇ ਮਨੁੱਖ ਨੂੰ ਚਰਿੱਤਰਹੀਣ ਬਣਾਉਣ ਦੇ ਸਾਧਨ ਅਤੇ ਵਸੀਲੇ ਵੱਧਦੇ ਜਾ ਰਹੇ ਹਨ, ਇਸੇ ਲਈ ਆਤਮਘਾਤਾਂ ਅਤੇ ਮਰਨ ਮਾਰਨ ਦਾ ਵਰਤਾਰਾ ਪਸਰ ਰਿਹਾ ਹੈ। ਸੰਕਟਾਂ ਦੀ ਇਸ ਨਿੱਤ ਫੈਲਦੀ ਧੁੰਦ 'ਚ ਕਦਰਾਂ ਕੀਮਤਾਂ ਦਾ ਸੂਰਜ ਵਿਖਾਈ ਨਹੀਂ ਦੇ ਰਿਹਾ, ਪਰ ਅਜੋਕੇ ਸੰਕਟ ਕੋਈ ਨਵੀਂ ਗੱਲ ਨਹੀਂ। ਮਾਨਵ ਜਾਤੀ ਇਹਨਾਂ ਨਾਲੋਂ ਵੀ ਗੰਭੀਰ ਸੰਕਟਾਂ 'ਚੋਂ ਅਨੇਕਾਂ ਵਾਰ ਸਫਲਤਾ ਨਾਲ ਬਾਹਰ ਨਿਕਲਦੀ ਹੈ। ਬੀਤ ਚੁੱਕੇ ਯੁੱਗਾਂ ਦੇ ਸੰਕਟਾਂ ਵਾਂਗ ਅਜੋਕੇ ਸੰਕਟਾਂ ਦਾ ਸਾਹਮਣਾ ਉੱਚੀਆਂ ਕਦਰਾਂ ਕੀਮਤਾਂ ਅਤੇ ਉਸਰੇ ਚਰਿੱਤਰ ਦੀ ਮਜ਼ਬੂਤੀ ਤੋਂ ਬਿਨਾਂ ਕਰ ਸਕਣਾ ਸੰਭਵ ਨਹੀਂ ਹੈ। ਮੁਸੀਬਤਾਂ, ਮੁਸ਼ਕਲਾਂ ਅਤੇ ਸੰਕਟ ਸਾਨੂੰ ਮਜ਼ਬੂਤ ਬਣਾਉਣ ਲਈ ਹੁੰਦੇ ਹਨ, ਡਿੱਗਣ ਜਾਂ ਕਮਜ਼ੋਰ ਕਰਨ ਲਈ ਨਹੀਂ। ਜਦੋਂ ਸੰਸਾਰ 'ਚ ਸੰਕਟਾਂ ਅਤੇ ਮੁਸ਼ਕਲਾਂ ਦੀ ਧੁੰਦ ਹਟ ਜਾਵੇਗੀ ਤਾਂ ਜ਼ਿੰਦਗੀ ਦਾ ਸੂਰਜ ਪਹਿਲੇ ਨਾਲੋਂ ਵੀ ਵਧੇਰੇ ਚਮਕ ਨਾਲ ਲਿਸ਼ਕੇਗਾ।
ਅਗਰ ਤੁਸੀਂ ਇਸ ਕਿਤਾਬ ਨੂੰ ਔਨਲਾਈਨ ਆਰਡਰ ਕਰਨਾ ਚਾਹੁੰਦੇ ਹੋ, ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।